ਅਸੀਂ ICICI ਬੈਂਕ 'ਚ ਨਾ 2022 'ਚ ਗੋਲਡ ਲੋਨ ਲਿਆ ਸੀਗਾ ਅਤੇ 1.5 ਸਾਲ ਬਾਅਦ ਮੈਂ ਉਸ ਬੈਂਕ 'ਚ ਆਈ ਹਾਂ ਆਪਣੀ ਕਿਸ਼ਤ ਜਮ੍ਹਾਂ ਕਰਵਾਉਣ। ਮੇਰੇ ਹਸਬੈਂਡ ਆਏ ਸੀਗੇ, ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਗੋਲਡ ਲੋਨ ਕਲੀਅਰ ਕਰ ਚੁੱਕੇ ਹੋ। ਬਟ ਸਰ ਮੈਂ ਉਸ ਟਾਈਮ ਗਈ, ਸੈਕਿੰਡ ਟਾਈਮ ਹੈ ਬੈਂਕ 'ਚ, ਸਾਰੇ ਮੇਰੇ ਸਾਈਨ ਆ ਡੁਪਲੀਕੇਟ ਕੀਤੇ ਹੋਏ। ਇੱਕ ਮੈਂ ਫਸਟ ਟਾਈਮ ਗਈ ਜੋ ਗੋਲਡ ਕਰਵਾਇਆ, ਇੱਕ ਟਾਈਮ ਜੋ ਕਿਸ਼ਤ ਦੇਣ ਗਈ ਉਸ ਟਾਈਮ ਵਿਦਿਨ ਉਹਦੇ 2 ਸਾਲ ਦੇ ਵਿੱਚ ਨਾ ਅਸੀਂ ਬੈਂਕ ਵਿੱਚ ਆਏ ਹਾਂ ਅਤੇ ਸਾਨੂੰ ਕਿਹਾ ਕਿ ਤੁਸੀਂ ਆਪਣਾ ਗੋਲਡ ਕਲੀਅਰ ਕਰਵਾ ਦਿੱਤੇ ਹੋ। ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ, ਕਹਿੰਦੇ ਤੁਸੀਂ ਆਏ ਸੀ। ਬਟ ਮੈਂ ਕਿਹਾ ਮੇਰੀ ਫਾਈਲ ਤਾਂ ਦਿਖਾਓ, ਫਾਈਲ ਦਿਖਾਈ, ਸਾਰੇ ਸਾਈਨ ਡਾਕੂਮੈਂਟ ਗਲਤ, ਸਾਰੇ ਮੇਰੇ ਸਾਈਨ ਆ ਡੁਪਲੀਕੇਟ ਕੀਤੇ ਹੋਏ। ਕੋਈ ਫੋਟੋਜ਼ ਮੰਗੀ ਆ, ਫੋਟੋ ਕੋਈ ਦਿੱਤੀ। ਅਸੀਂ ਜੇ ਡਿਪਟੀ ਕਮਿਸ਼ਨਰ ਕੋਲ ਜਾਂਦੇ ਹਾਂ ਟਾਵਾਂ ਟੋਲ ਕਰਦੇ, ਅੱਜ ਜਾਓ ਕੱਲ੍ਹ ਆਓ, ਕਦੀ ਚੁਣਾਵ ਆ, ਕਦੀ ਕੁਛ ਆ, ਕਦੀ ਸਾਨੂੰ ਪਠਾਨਕੋਟ ਜਾਣਾ ਪੈਂਦਾ। SSP ਸਰ ਕੋਲ ਗਏ ਹਾਂ, ਕੋਈ ਸੁਣਵਾਈ ਨਹੀਂ ਹੈਗੀ। ਯਾਨੀ ਕਿ ਤੁਸੀਂ ਕਹੋ ਪ੍ਰਸ਼ਾਸਨ, ਪ੍ਰਸ਼ਾਸਨ ਬਿਲਕੁਲ ਨਿਕੰਮਾ, ਇਹ ਸਰਕਾਰ ਬਿਲਕੁਲ ਨਿਕੰਮੀ ਹੈ, ਕੋਈ ਨਹੀਂ ਸੁਣਵਾਈ ਕਰਦਾ ਪਿਆ। ਅੱਜ ਅਸੀਂ ਲਾਸਟ ਸਟੈਪ ਲਿਆ ਬੈਂਕ ਦੇ ਅਗੇਂਸਟ ਸਟ੍ਰਾਈਕ ਕਰਨ ਦਾ, ਜੇ ਹੁਣ ਵੀ ਸੁਣਨਗੇ ਫਿਰ ਇੱਥੇ ਪੱਕਾ ਧਰਨਾ ਲੱਗੇਗਾ, ਜੇ ਬੈਂਕ ਨੂੰ ਸੀਲ ਕਰਨਾ ਪਏਗਾ। ਸਰ ਅੱਜ ਦੇ ਸਮੇਂ 550 ਕਿਲੋ ਗ੍ਰਾਮ ਸੀਗਾ ਗੋਲਡ, ਅੱਜ ਉਹਦੀ ਕਿਸ਼ਤ ਤੁਸੀਂ ਕਹੋ 50 ਜਾਂ 40-45 ਲੱਖ ਹੋਣੀ ਉਹਦੀ ਕੋਸਟ, ਅਤੇ 17 ਲੱਖ ਲਿਆ ਸੀਗਾ ਉਸ ਟਾਈਮ। ਮੈਨੇਜਰ ਸਰ ਫਰਾਰ ਹੋ ਗਿਆ, ਜੇ ਸੱਚਾ ਤਾਂ ਮੈਨੂੰ ਸਾਹਮਣੇ ਆਏ, ਮੈਨੇਜਰ ਨਿਕਲ ਗਿਆ। ਜਦੋਂ ਬੈਂਕ ਜਾਓ ਮੈਨੇਜਰ ਬੋਲਦੇ ਨੇ ਰੋਲ ਲੈ ਕੇ। ਹਾਂਜੀ, ਪਹਿਲਾਂ ਸਰ ਜੋ ਮੈਂ ਕਿਹਾ ਸੀ ਮੇਰਾ ਗੋਲਡ ਕੌਣ ਲੈ ਕੇ ਗਿਆ, ਤੁਹਾਨੂੰ ਫਾਈਲ ਦਿਖਾਈ, ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀਗੇ, ਕੋਈ ਓਰੀਜਨਲ ਨਹੀਂ ਸੀ ਸਾਈਨ। ਜਦੋਂ ਆਉਂਦੇ ਆ ਸਾਨੂੰ ਰੂਲ ਹੀ ਬਿਹੇਵ ਕਰਦੇ ਆ ਕਿ ਕੁਛ ਨਹੀਂ ਤੁਹਾਡੇ, ਮਤਲਬ ਤੁਸੀਂ ਕਲੀਅਰ ਕਰ ਦਿਓ, ਤੁਸੀਂ ਜਾ ਸਕਦੇ ਹੋ, ਇਸ ਤਰ੍ਹਾਂ ਆਪਣੇ ਕਸਟਮਰ ਨਾਲ ਬੋਲਦੇ ਆ। ਜੇ ਅੱਜ ਲਾਸਟ ਟਾਈਮ ਮੈਂ ਮੈਨੇਜਰ ਨਿਕਲ ਗਿਆ, ਜੇ ਸੱਚਾ ਸਾਹਮਣੇ ਆਏ। ਬਸ ਇੱਕ ਸਰ, ਜੋ ਸਾਡਾ ਗਿਆ ਵਾਪਿਸ ਆਏ, ਜੋ ਮੈਨੇਜਰ ਆ ਨਾ ਜੈਸ ਬੈਂਕ ਔਰ SSI ਬੈਂਕ, ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਵ ਹੈ, ਯਾਨੀ ਇਨਵੋਲਵਮੈਂਟ ਦੋਨਾਂ ਦੀ ਹੈ, ਤਾਂ ਸਾਡੇ ਨਾਲ ਘੁਟਾਲਾ ਹੋਇਆ, ਅਦਰਵਾਈਜ਼ ਨਹੀਂ ਹੋ ਸਕਦਾ ਸੀਗਾ। ਬਿਲਕੁਲ ਜੀ, ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ, ਅਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਵਾ ਕੱਲ੍ਹ ਦਾ, ਮਿਲ ਕੇ ਜਿਹੜੀ ਵੀ ਕੋਈ ਹੋਰ ਤੱਤ ਸਾਹਮਣੇ ਆਉਂਦੇ ਆ ਉਸ ਸਭਾ ਮੈਂ ਸਮਝਾਵਾਂਗੇ। ਕੋਈ ਮਾਮਲਾ ਵੀ ਦਰਜ ਕੀਤਾ ਗਿਆ ਹੁਣ? ਆਲਰੇਡੀ ਪਹਿਲਾਂ ਮੁਕੱਦਮਾ ਦਰਜਾ ਜੀ ਇੱਥੇ ਜੀ, ਪਹਿਲਾਂ ਮੁਕੱਦਮਾ ਦਰਜ ਹੋ ਚੁੱਕਾ ਸੀ। ਅਤੇ 1.5 ਸਾਲ ਬਾਅਦ ਮੈਂ ਉਸ ਬੈਂਕ 'ਚ ਆਈ ਹਾਂ ਆਪਣੀ ਕਿਸ਼ਤ ਜਮ੍ਹਾਂ ਕਰਵਾਉਣ। ਮੇਰੇ ਹਸਬੈਂਡ ਆਏ ਸੀਗੇ, ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਗੋਲਡ ਲੋਨ ਕਲੀਅਰ ਕਰ ਚੁੱਕੇ ਹੋ। ਬਟ ਸਰ ਮੈਂ ਉਸ ਟਾਈਮ ਗਈ, ਸੈਕਿੰਡ ਟਾਈਮ ਹੈ ਬੈਂਕ 'ਚ, ਸਾਰੇ ਮੇਰੇ ਸਾਈਨ ਆ ਡੁਪਲੀਕੇਟ ਕੀਤੇ ਹੋਏ। ਨਾ ਹੋਵੋ ਪਰੇਸ਼ਾਨ, ਸਾਰੇ ਇਲਮਾਂ ਦੀ ਕਾਟ ਮੇਰੇ ਕੋਲ। ਬੇਗਮ ਸ਼ਹਿਨਾਜ਼ ਜੀ, 25 ਸਾਲ ਦਾ ਤਜੁਰਬਾ, 9 ਇਲਮਾਂ ਦੀ ਤਾਕਤ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਪਤੀ ਪਤਨੀ 'ਚ ਅਣਬਣ ਜਾਂ ਘਰੇਲੂ ਕਲੇਸ਼, ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ, ਗ੍ਰੀਨ ਕਾਰਡ ਅਤੇ PR ਵਿੱਚ ਰੁਕਾਵਟ, ਵਸ਼ੀਕਰਨ, ਜਾਦੂ ਟੂਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ, ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ, ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ, ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ। ਬੇਗਮ ਸ਼ਹਿਨਾਜ਼ ਜੀ, ਸੰਪਰਕ ਕਰੋ 87250-40658, 8725040658।